ਹੈਲੋ ਜੀ ਤੁਹਾਡਾ ਸਾਰੇ ਦਾ ਪਰਮਜੀਤ ਦੀ ਰਸੋਈ ਵਿੱਚ ਸਵਾਗਤ ਹੈ ਅੱਜ ਮੈਂ ਤੁਹਾਡੇ ਲਈ ਰਸੇਦਾਰ ਅਰਬੀ ਦੀ ਸਬਜ਼ੀ ਲੈ ਕੇ ਆਈ ਹਾਂ ਜਿਹੜੀ ਰਸੇਦਾਰ ਅਰਬੀ ਹੁੰਦੀ ਹੈ ਇਹ ਬਹੁਤ ਹੀ ਜ਼ਿਆਦਾ ਸਵਾਦ ਬਣ ਕੇ ਤਿਆਰ ਹੁੰਦੀ ਹੈ ਤੇ ਆਓ ਅਸੀਂ ਫਿਰ ਇਹਨੂੰ ਬਣਾਉਣਾ ਸ਼ੁਰੂ ਕਰੀਏ ਅਰਬੀ ਬਣਾਉਣ ਦੇ ਲਈ ਪਹਿਲਾਂ ਅਸੀਂ ਲੈ ਲਵਾਂਗੇ 1 ਕਿਲੋ ਅਰਬੀ ਹੱਥਾਂ ਨੂੰ ਤੇਲ ਲਾ ਕੇ ਤੇ ਫਿਰ ਅਸੀਂ ਅਰਬੀ ਨੂੰ ਪਹਿਲਾਂ ਛਿੱਲ ਲਵਾਂਗੇ ਛਿੱਲਣ ਤੋਂ ਬਾਅਦ ਅਸੀਂ ਇਹਨੂੰ ਇਹਦਾ ਗੋਲ-ਗੋਲ ਕੱਟ ਲਿਆ ਹੈ ਜੇ ਤੁਸੀਂ ਲੰਬੀ-ਲੰਬੀ ਕੱਟਣਾ ਚਾਹੁੰਦੇ ਹੋ ਤੇ ਲੰਬੀ-ਲੰਬੀ ਵੀ ਕੱਟ ਸਕਦੇ ਹੋ ਅਰਬੀ ਨੂੰ ਧੋ ਕੇ ਅਸੀਂ ਨਚੋੜ ਲ ਦਿੱਆ ਪਾਇਆ ਹੈ ਤੇਲ ਗਰਮ ਹੋਣ ਤੇ ਜਿਹੜੀ ਅਰਬੀ ਕੱਟ ਕੇ ਰੱਖੀ ਆ ਉਹ ਆਪਾਂ ਪਾ ਦਵਾਂਗੇ ਕੜਾਈ ਦੇ ਵਿੱਚ ਅਰਬੀ ਨੂੰ ਧੋਣ ਤੋਂ ਬਾਅਦ ਅਸੀਂ ਨੂੰ ਚੋੜਿਆ ਸੀ ਥੋੜੀ देर ਮਤਲਬ ਇਹਦਾ ਪਾਣੀ ਸੁੱਕਣ ਦਿੱਤਾ ਸੀਗਾ ਤੇ ਹੁਣ ਅਸੀਂ ਅਰਬੀ ਨੂੰ ਕਰਾਂਗੇ ਫਰਾਈ ਤੇ ਜੇ ਤੁਸੀਂ ਜ਼ਿਆਦਾ ਤੇਲ ਪਾ ਕੇ ਇਹਨੂੰ ਡੀਪ ਫਰਾਈ ਕਰਨਾ ਚਾਹੁੰਦੇ ਹੋ ਤਾਂ ਡੀਪ ਫਰਾਈ ਵੀ ਕਰ ਸਕਦੇ ਹੋ ਪਰ ਆਪਾਂ ਥੋੜਾ ਤੇਲ ਪਾ ਕੇ ਅਰਬੀ ਨੂੰ ਪਕਾਵਾਂਗੇ ਜਿੰਨੀ ਦੇਰ ਤੱਕ ਅਰਬੀ ਦਾ ਬਾਰੋਂ ਕਲਰ ਚੇਂਜ ਨਹੀਂ ਹੁੰਦਾ ਅਸੀਂ ਉਨੀ ਦੇਰ ਤੱਕ ਪਕਾਵਾਂਗੇ ਦੇਖੋ ਇਧਰ ਅਰਬੀ ਦਾ ਕਲਰ ਚੇਂਜ ਹੋ ਚੁੱਕਾ ਹੈ ਤੇ ਹੁਣ ਅਸੀਂ ਤੇਲ ਨਿਚੋੜ ਕੇ ਚੰਗੀ ਤਰ੍ਹਾਂ ਅਰਬੀ ਨੂੰ ਕੜਾਈ ਦੇ ਵਿੱਚੋਂ ਕੱਢ ਲਵਾਂਗੇ ਅਰਬੀ ਨੂੰ ਕੱਢ ਕੇ ਅਸੀਂ ਇੱਕ ਪਲੇਟ ਦੇ ਵਿੱਚ ਰੱਖ ਲਵਾਂਗੇ ਅਰਬੀ ਫਰਾਈ ਹੋ ਚੁੱਕੀ ਹੈ ਤੇ ਇਹਨੂੰ ਆਪਾਂ ਹੁਣ ਲਗਾਵਾਂਗੇ ਤੜਕਾ ਕੜਾਈ ਉਸੇ ਹੀ ਕੜਾਈ ਦੇ ਵਿੱਚ ਤੇਲ ਜਿਹੜਾ ਸੀਗਾ ਉਹਦੇ ਵਿੱਚ ਮੈਂ ਦੋ ਕ ਚਮਚੇ ਤੇਲ ਦੇ ਬਾਹਰ ਕੱਢ ਦਿੱਤੇ ਸੀ ਤੇਲ ਥੋੜਾ ਜਿਆਦਾ ਸੀ ਤੇ ਹੁਣ ਅਸੀਂ ਇਹਦੇ ਵਿੱਚ ਪਾ ਦਵਾਂਗੇ ਦੋ ਤੇਜ ਪੱਤੇ ਤੇ ਨਾਲ ਅਸੀਂ ਪਾਵਾਂਗੇ ਇੱਕ ਚਮਚ ਭਰ ਕੇ ਸਾਫ ਤੇ ਜੀਰੇ ਦਾ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਭੁੰਨਾਂਗੇ ਜਦੋਂ ਇਹ ਭੁੱਜ ਹੋ ਜਾਏਗਾ ਫਿਰ ਅਸੀਂ ਇਹਦੇ ਵਿੱਚ ਪਾਵਾਂਗੇ ਤਿੰਨ ਪਿਆਜ਼ਾਂ ਦਾ ਪੇਸਟ ਪੇਸਟ ਭਰ ਪਾ ਲਓ ਜਾਂ ਕ੍ਰਸ਼ ਕਰਕੇ ਪਾ ਲਓ ਠੀਕ ਹੈ ਪਿਆਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਭੁੰਨਾਂਗੇ ਤੇ ਨਾਲ ਹੀ ਅਸੀਂ ਇਹਦੇ ਵਿੱਚ ਚਾਰ ਪੰਜ ਸੁੱਕੀਆਂ ਲਾਲ ਮਿਰਚਾਂ ਪਾ ਦਵਾਂਗੇ ਪੋਣੀ ਗੋਲੀ ਅਸੀਂ ਦਹੀਂ ਦੀ ਲੈ ਲਵਾਂਗੇ ਇਹਦੇ ਵਿੱਚ ਅਸੀਂ ਪਾਵਾਂਗੇ 1 ਚਮਚ ਹਲਦੀ ਪਾਊਡਰ 2 ਚਮਚ ਅਸੀਂ ਪਾਵਾਂਗੇ ਜਿਹੜਾ ਸੁੱਕਾ ਧਨੀਆ ਹੁੰਦਾ ਹੈ ਉਹਦਾ ਪਾਊਡਰ ਸੁੱਕੇ ਧਨੀਏ ਦਾ ਤੇ ਨਾਲ ਹੀ ਅਸੀਂ ਪਾ ਦਵਾਂਗੇ ਅੱਧਾ ਚਮਚ ਜੀਰੇ ਦਾ ਪਾਊਡਰ 1 ਚਮਚ ਅਸੀਂ ਪਾਵਾਂਗੇ ਕਸ਼ਮੀਰੀ ਲਾਲ ਮਿਰਚ ਅੱਧੇ ਚਮਚ ਤੋਂ ਵੀ ਥੋੜੀ ਜਿਹੀ ਘੱਟ ਆਪਾਂ ਜਿਹੜੀ ਕੋੜੀ ਵਾਲੀ ਲਾਲ ਮਿਰਚ ਹੁੰਦੀ ਉਹ ਪਾ ਦਵਾਂਗੇ ਤੇ ਨਾਲ ਅਸੀਂ ਪਾ ਦਵਾਂਗੇ 1 ਚਮਚ ਭਰ ਕੇ ਨਮਕ ਦਾ ਤੁਸੀਂ ਆਪਣੇ ਸਵਾਦ ਦੇ ਅਨੁਸਾਰ ਪਾ ਸਕਦੇ ਹੋ ਤੇ ਨਾਲ ਹੀ ਅਸੀਂ ਨਮਕ ਤੋਂ ਬਾਅਦ ਪਾ ਦਵਾਂਗੇ ਅਮਚੂਰ ਪਾਊਡਰ ਅਮचूर ਪਾਊਡਰ ਜ਼ਰੂਰ ਪਾਣਾ ਹੈ ਇਹਦੇ ਨਾਲ ਜਿਹੜਾ ਅਰਬੀ ਦਾ ਟੇਸਟ ਹੈ ਉਹ ਬਹੁਤ ਹੀ ਜ਼ਿਆਦਾ ਵਧੀਆ ਆਂਦਾ ਹੈ ਤੇ ਹੁਣ ਦਹੀਂ ਦੇ ਵਿੱਚ ਜਿਹੜੇ ਇਹ ਸੁੱਕੇ ਮਸਾਲੇ ਹੈਗੇ ਅਸੀਂ ਇਹਨਾਂ ਨੂੰ ਘੋਲ ਕੇ ਚੰਗੀ ਤਰ੍ਹਾਂ ਫੈਂਟ ਲਵਾਂਗੇ ਇਸ ਤਰ੍ਹਾਂ ਚਮਚ ਦੇ ਨਾਲ ਜਦੋਂ ਅਸੀਂ ਦਹੀਂ ਦੇ ਵਿੱਚ ਇਦਾਂ ਸੁੱਕੇ ਮਸਾਲੇ ਪਾ ਕੇ ਤੜਕੇ ਦੇ ਵਿੱਚ ਪਾਉਂਦੇ ਆਂ ਤੇ ਜਿਹੜੀ ਸਬਜ਼ੀ ਹੈ ਬਹੁਤ ਹੀ ਜ਼ਿਆਦਾ ਸਵਾਦ ਬਣ ਕੇ ਤਿਆਰ ਹੁੰਦੀ ਹੈ ਤੇ ਨਾਲੇ ਜਿਹੜੇ ਮਸਾਲੇ ਆ ਇਹ ਚੰਗੀ ਤਰ੍ਹਾਂ ਦਹੀਂ ਦੇ ਵਿੱਚ ਫੁੱਲ ਜਾਂਦੇ ਆ ਦੇਖੋ ਜਿਹੜਾ ਆਪਾਂ ਪੇਸਟ ਤਿਆਰ ਕਰ ਲਿਆ ਹੈ ਇੱਧਰ ਜਿਹੜਾ ਸਾਡਾ ਪਿਆਜ਼ ਹੈ ਇਹ ਵੀ ਚੰਗੀ ਤਰ੍ਹਾਂ ਭੁਜ ਹੋ ਚੁੱਕਾ ਹੈ ਪਿਆਜ਼ ਜਦੋਂ ਭੁਜ ਹੋ ਜਾਣਗੇ ਫਿਰ ਅਸੀਂ ਦੇ ਵਿੱਚ ਪਾਣਾ ਹੈ ਟਮਾਟਰ ਅਦਰਕ ਤੇ ਹਰੀਆ ਮਿਰਚਾ ਦਾ ਪੇਸਟ ਇਹਨਾਂ ਆਪਾਂ ਤਿੰਨਾਂ ਨੂੰ ਇਕੱਠਿਆਂ ਨੂੰ ਪੀਸ ਕੇ ਤਿਆਰ ਕੀਤਾ ਹੈ ਦੋ ਟਮਾਟਰ ਲਿਆ ਹੈ ਇੱਕ ਛੋਟਾ ਪੀਸ ਅਦਰਕ ਦਾ ਲਿਆ ਹੈ ਤੇ ਨਾਲ ਆਪਾਂ ਲਿਆ ਹੈ ਚਾਰ ਹਰੀਆ ਮਿਰਚਾ ਇਹਨਾਂ ਨੂੰ ਪਾਨ ਤੋਂ ਬਾਅਦ ਆਪਾਂ ਚੰਗੀ ਤਰ੍ਹਾਂ ਭੁੰਨਾਂਗੇ ਨਾਲ ਹੀ ਇਹਦੇ ਅਸੀਂ ਪਾ ਦਵਾਂਗੇ ਜਿਹੜਾ ਆਪਾਂ ਦਹੀਂ ਫੈਂਟ ਕੇ ਤਿਆਰ ਕੀਤਾ ਹੈ ਮਸਾਲਿਆਂ ਵਾਲਾ ਉਹ ਵੀ ਆਪਾਂ ਤੜਕੇ ਦੇ ਵਿੱਚ ਪਾ ਕੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਕੇ ਤਿਆਰ ਕਰ ਲਵਾਂਗੇ ਨਾਲੀ ਆਪਾਂ ਥੋੜਾ ਜਿਹਾ ਇਹਦੇ ਵਿੱਚ ਪਾਣੀ ਪਾ ਦਵਾਂਗੇ ਇਹਨੂੰ ਆਪਾਂ ਹੁਣ ਚੰਗੀ ਤਰ੍ਹਾਂ ਪੁੰਨਾਂਗੇ ਥੋੜੀ ਜਿਹਾ ਆਪਾਂ ਇਹਦੇ ਵਿੱਚ ਪਾ ਦਵਾਂਗੇ ਕਸੂਰੀ ਮੇਥੀ ਜਿੰਨੀ ਦੇਰ ਤੱਕ ਇਹਦੇ ਵਿੱਚੋਂ ਤੇਲ ਬਾਹਰ ਨਹੀਂ ਆਂਦਾ ਅਸੀਂ ਉਨੀ ਦੇਰ ਤੱਕ ਕੇਵਲਾ ਜਿਹੜਾ ਤੜਕਾ ਹੈਗਾ ਭੁੰਨ ਕੇ ਤਿਆਰ ਕਰਾਂਗੇ ਮਸਾਲਾ ਇੱਧਰ ਜਿਹੜਾ ਸਾਡਾ ਚੰਗੀ ਤਰ੍ਹਾਂ ਭੋਜ ਹੋ ਚੁੱਕਾ ਹੈ ਦੇਖੋ ਤੇਲ ਬਾਹਰ ਆਣਾ ਸ਼ੁਰੂ ਹੋ ਗਿਆ ਹੈ ਜਦੋਂ ਤੇਲ ਆਣਾ ਇੱਧਰ ਬਾਹਰ ਸ਼ੁਰੂ ਹੋ ਜਾਏ ਫਿਰ ਅਸੀਂ ਇਹਦੇ ਵਿੱਚ ਪਾ ਦਵਾਂਗੇ ਪਾਣੀ ਪਾਣੀ ਆਪਾਂ ਕੋਸਾ ਜਾਂ ਪਾਣਾ ਹੈ ਠੰਡਾ ਪਾਣੀ ਬਿਲਕੁਲ ਨਹੀਂ ਪਾਣਾ ਹੈ ਪਾਣੀ ਪਾਣ ਤੋਂ ਬਾਅਦ ਅਸੀਂ ਇਹਨੂੰ ਟੱਕ ਦਵਾਂਗੇ ਚੰਗੀ ਤਰ੍ਹਾਂ ਪਹਿਲਾਂ ਇੱਕ ਵਾਰ ਮਿਕਸ ਕਰ ਲਵਾਂਗੇ ਜਿਹੜਾ ਸਾਈਡਾਂ ਤੇ ਮਸਾਲਾ ਲੱਗਾ ਹੈ ਚੰਗੀ ਤਰ੍ਹਾਂ ਆਪਾਂ ਇਹਨੂੰ ਕੜਾਈ ਦੇ ਵਿੱਚ ਪਾ ਦਵਾਂਗੇ ਤੇ ਹੁਣ ਆਪਾਂ ਟੱਕ ਦਿੰਦੇ ਹਾਂ ਇਹਨੂੰ ਆਪਾਂ ਰਿੱਜਨ ਨੂੰ ਰੱਖਾਂਗੇ ਕੋਸਾ ਪਾਣੀ ਪਾਉਣ ਦੇ ਨਾਲ ਇੱਕ ਤੇ ਜਿਹੜਾ ਸਬਜੀ ਦਾ ਕਲਰ ਆ ਉਹ ਬਹੁਤ ਜ਼ਿਆਦਾ ਸੋਹਣਾ ਆਂਦਾ ਹੈ ਦੇਖੋ ਇਹ ਨਾਲੇ ਜਿਹੜਾ ਸਾਡਾ ਉਬਾਲਾ ਹੈ ਛੇਤੀ ਹੀ ਆ ਗਿਆ ਹੈ ਤੇ ਇਹਦੇ ਵਿੱਚ ਅਸੀਂ ਹੁਣ ਪਾਵਾਂਗੇ ਜਿਹੜੀ ਆਪਾਂ ਅਰਬੀ ਫਰਾਈ ਕਰਕੇ ਰੱਖੀ ਹੋਈ ਆ ਉਹ ਸਾਰੀ ਆਪਾਂ ਕੜਾਈ ਦੇ ਵਿੱਚ ਪਾ ਦਵਾਂਗੇ ਤੇ ਇਹਨੂੰ ਆਪਾਂ ਹੁਣ ਢੱਕ ਕੇ ਥੋੜੀ ਦਿਰ ਹੋਰ ਪਕਾਵਾਂਗੇ ਆਪਾਂ ਇਹਨੇ ਹੁਣ ਢੱਕ ਦਿੰਦੇ ਹਾਂ 10 ਮਿੰਟ ਅਸੀਂ ਅਰਬੀ ਨੂੰ ਪਕਾਵਾਂਗੇ 10 ਮਿੰਟ ਬਾਅਦ ਅਸੀਂ ਇਹਦਾ ਟੱਕਣ ਚਾਕੇ ਇੱਕ ਵਾਰ ਪਹਿਲਾਂ ਆਪਾਂ ਛੇੜ ਮਾਰ ਲੈਂਦੇ ਹਾਂ ਸਬਜੀ ਨੂੰ ਚੰਗੀ ਤਰ੍ਹਾਂ ਤੇ ਦੇਖੋ ਜਿਹੜੀ ਸਾਡੀ ਸਬਜੀ ਹੈ ਦਾ ਕਿੰਨਾ ਜਦਾ ਸੋਹਣਾ ਕਲਰ ਆਇਆ ਹੈ ਬਹੁਤ ਵਧੀਆ ਬਣ ਕੇ ਤਿਆਰ ਹੋਈ ਹੈ ਤੇ ਇਧਰ ਆਪਾਂ ਦੋ ਕੁ ਪੀਸ ਕੜਛੀ ਤੇ ਰੱਖ ਕੇ ਇਹਨਾਂ ਨੂੰ ਆਪਾਂ ਫੋਕ ਦੇ ਨਾਲ ਚੈੱਕ ਕਰ ਲਵਾਂਗੇ ਕਿ ਜਿਹੜੀ ਸਾਡੀ ਅਰਬੀਆ ਉਹ ਪੱਕੀ ਹੈ ਜਾਂ ਕੱਚੀ ਹੈ ਹਲੇ ਤੇ ਇਹਨੂੰ ਅਸੀਂ ਨਾ ਚਮਚ ਦੇ ਜਾ ਫੋਕ ਦੇ ਨਾਲ ਇਹਦਾ ਪ੍ਰੈਸ ਕਰਕੇ ਦੇਖ ਲਵਾਂਗੇ ਦੇਖੋ ਅਰਬੀ ਜਿਹੜੀ ਸਾਡੀ ਚੰਗੀ ਤਰ੍ਹਾਂ ਪੱਕ ਕੇ ਤਿਆਰ ਹੋ ਚੁੱਕੀ ਹੈ ਇਹਦਰ ਅਰਬੀ ਬਣ ਗਈ ਹੈ ਤੇ ਹੁਣ ਅਸੀਂ ਗੈਸ ਨੂੰ ਕਰ ਦੇਵਾਂਗੇ ਬੰਦ ਜੇ ਤੁਹਾਡੀ ਬਾਈ ਚਾਂਸ ਗਰੇਵੀ ਸੰਘਣੀ ਹੋ ਜਾਵੇ ਤੁਸੀਂ ਥੋੜਾ ਕੋਸਾ ਪਾਣੀ ਕਰਕੇ ਇਹਦੇ ਵਿੱਚ ਹੋਰ ਪਾ ਦਿਵੋ ਤੇ ਆਪਣੇ ਹਿਸਾਬ ਦੇ ਨਾਲ ਤੁਸੀਂ ਸੰਘਣੀ ਪਤਲੀ ਜਿੰਦਾ ਦੀ ਪਸੰਦ ਕਰਦੇ ਹੋ ਤੁਸੀਂ ਰੱਖ ਸਕਦੇ ਹੋ ਅਰਬੀ ਬਣ ਕੇ ਤਿਆਰ ਹੈ ਤੇ ਲੋ ਜੀ ਅਰਬੀ ਬਣ ਕੇ ਤਿਆਰ ਹੈ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਤਾਂ ਮੇਰੀ ਵੀਡੀਓ ਨੂੰ ਜਰੂਰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਦੇ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਅਰਬੀ ਦੀ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਹੈ ਤੇ ਮਿਲਦੇ ਆਂ ਫਿਰ ਤੁਹਾਨੂੰ ਕੋਈ ਨਵੀਂ ਵੀਡੀਓ ਦੇ ਨਾਲ